ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਟਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਜੋ ਅਪੁਆਇੰਟਮੈਂਟਸ ਦੇ ਆਧਾਰ ਦੇ ਉੱਤੇ ਅਲੱਗ ਅਲੱਗ ਆਫਿਸ ਦੇ ਵਿੱਚ ਦਿਨ ਅਤੇ ਡੇਟ ਟਾਈਮਿੰਗ ਸਾਰਾ ਕੁਝ ਤੈਅ ਕਰਕੇ ਫੇਸਬੁੱਕ ਦੇ ਜ਼ਰੀਏ ਜਾਂ ਅਖਬਾਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦੀ ਕਰਕੇ ਉਹ ਟਾਈਮਿੰਗਸ ਐਂਡ ਡੇਟ ਐਂਡ ਪਰਟੀਕੁਲਰ ਡੇ ਫਿਕਸ ਕਰਕੇ ਮੈਂ ਆਫਿਸ ਫਿਕਸ ਕਰਕੇ ਬੈਠਦਾ ਹਾਂ। ਉਸੇ ਲੜੀ ਤਹਿਤ ਪਹਿਲਾਂ ਜਲੰਧਰ ਬੈਠੇ ਸੀ ਅਤੇ ਲਾਸਟ ਡੇ ਅਸੀਂ ਮੋਹਾਲੀ ਆਫਿਸ ਸੀਗੇ 6 ਤਰੀਕ ਨੂੰ, ਯਾਨੀ ਕਿ ਕੱਲ੍ਹ ਲੰਘ ਗਏ ਕੱਲ੍ਹ, ਅਤੇ ਸਾਰਾ ਦਿਨ ਉੱਥੇ ਬੈਠੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲੋਕਾਂ ਦੀਆਂ ਕੈਂਡੀਡੇਟਸ ਦੀਆਂ, ਜਿਨ੍ਹਾਂ ਦੀਆਂ ਜੋ ਵੀ ਸਟੂਡੈਂਟ ਵੀਜ਼ਾ ਨਾਲ ਰਿਲੇਟਡ, ਓਪਨ ਵਰਕ ਪਰਮਿਟ ਨਾਲ ਰਿਲੇਟਡ, ਵਿਜ਼ਟਰ ਵੀਜ਼ਾ ਨਾਲ ਰਿਲੇਟਡ, ਈਵਨ ਆਇਲਸ ਨਾਲ ਰਿਲੇਟਡ ਜੋ ਵੀ ਕੁਐਰੀ ਸੀਗੀਆਂ ਉਹ ਸਾਰੀਆਂ ਕਲੀਅਰ ਕੀਤੀਆਂ। ਇਸੇ ਲੜੀ ਤਹਿਤ ਹੁਣ ਕਮਿੰਗ ਵੀਕ ਦਿਨ ਮੰਗਲਵਾਰ ਤਰੀਕ 12 ਦਸੰਬਰ ਦਿਨ ਮੰਗਲਵਾਰ ਨੂੰ ਬਰਨਾਲਾ ਆਫਿਸ ਬੈਠੂੰਗਾ ਜੀ, ਸਾਰਾ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ। ਜਿਹੜੇ ਜਿਹੜੇ ਵੀਰ, ਜਿਹੜੇ ਜਿਹੜੇ ਮੇਰੇ ਸਟੂਡੈਂਟ ਭਰਾ ਭੈਣਾਂ ਜਿਨ੍ਹਾਂ ਨੇ ਆਪਦਾ ਕੇਸ ਅਪਲਾਈ ਕਰਨਾ ਜਾਂ ਕੋਈ ਇਨਫੋਰਮੇਸ਼ਨ ਲੈਣੀ ਆ ਓਪਨ ਵਰਕ ਪਰਮਿਟ ਲਈ, ਕੋਈ ਇਨਫੋਰਮੇਸ਼ਨ ਲੈਣੀ ਆ, ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। ਮੈਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਰਨਾਲਾ ਆਫਿਸ ਬੈਠੂੰਗਾ ਜੀ ਸਾਰਾ ਦਿਨ, ਜਿਹੜਾ ਕਿ ਮੇਰਾ ਆਫਿਸ ਅਗਰਸੇਨ ਚੌਂਕ ਨੇੜੇ ਸਰਕਾਰੀ ਹਸਪਤਾਲ ਐਕਸਿਸ ਬੈਂਕ ਦੇ ਉੱਪਰ ਬਣਿਆ ਹੋਇਆ ਜੀ। ਤਰੀਕ ਅਤੇ ਦਿਨ ਦੁਬਾਰੇ ਕਨਫਰਮ ਕਰ ਦਿੰਦਾ ਜੀ, ਤਰੀਕ 12 ਦਿਨ ਮੰਗਲਵਾਰ, ਕਮਿੰਗ 12 ਨੂੰ, ਮਤਲਬ ਕਹਿਣ ਦਾ ਜੀ ਕਮਿੰਗ ਵੀਕ 12 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਸਾਰਾ ਦਿਨ ਬਰਨਾਲਾ ਆਫਿਸ ਦੇ ਵਿੱਚ, ਅਗਰਸੇਨ ਚੌਂਕ ਨੀਅਰ ਗੌਰਮੈਂਟ ਹੋਸਪਿਟਲ ਬਰਨਾਲਾ। ਅਤੇ ਅੱਜ ਮੈਂ ਜਗਰਾਓਂ ਆਫਿਸ ਸੀ ਜੀ, ਐਂਡ ਜਗਰਾਓਂ ਆਫਿਸ ਮੇਰਾ ਬੱਸ ਸਟੈਂਡ ਤੋਂ ਬਿਲਕੁਲ ਨਾਲ ਹੀ ਹੈ ਜੀ। ਜੇ ਲੁਧਿਆਣੇ ਬੱਸ ਸਟੈਂਡ ਤੋਂ ਕੱਢ ਕੇ ਲੁਧਿਆਣੇ ਵੱਲ ਨੂੰ ਤੁਰੋਂਗੇ ਤਾਂ 2 ਮਿੰਟ ਦੀ ਵਾਕ ਆ, ਐਂਡ ਮੈਂ ਤੁਹਾਨੂੰ ਉਹਦੀ ਲੋਕੇਸ਼ਨ ਦਿਖਾ ਵੀ ਦਿੰਦਾ ਹਾਂ। ਇਹ ਆਪਣਾ ਆਫਿਸ ਆ ਜੀ ਜਗਰਾਓਂ ਵਾਲਾ, ਅੱਜ ਮੈਂ ਇੱਥੇ ਸੀ ਸਾਰਾ ਦਿਨ। ਇਹ ਬਿਲਕੁਲ ਬੱਸ ਸਟੈਂਡ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਹੈ ਜੀ ਬਣਿਆ ਹੋਇਆ। ਇੱਥੇ ਹਰ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। 5500 ਸਕੁਏਅਰ ਫੀਟ ਦੇ ਵਿੱਚ ਇਹ ਆਫਿਸ ਬਣਿਆ ਹੋਇਆ ਜੀ। ਇਹਦੇ ਵਿੱਚ ਤਕਰੀਬਨ 10 ਤੋਂ 12 ਆਇਲਸ ਕਲਾਸਿਸ ਨੇ, ਬਾਕੀ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼, ਈਵਨ ਕਿ ਏਅਰ ਟਿਕਟਿੰਗ ਤੱਕ ਹਰ ਸਰਵਿਸਿਜ਼ ਤੁਹਾਨੂੰ ਅੰਡਰ ਦਾ 1 ਰੂਫ ਇੱਥੇ ਮਿਲ ਜਾਂਦੀ ਆ। ਮਤਲਬ ਕਿਤੇ ਹੋਰ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ, ਅਤੇ ਸਭ ਇਹ ਤੁਹਾਡੇ ਵਿਸ਼ਵਾਸ ਪਿਆਰ ਸਦਕਾ ਹੀ ਆ ਕਿ ਜੋ ਵੀ ਤੁਸੀਂ ਸਾਨੂੰ ਸਾਡੇ 'ਤੇ ਭਰੋਸਾ ਕਰਦੇ ਹੋ ਆਪਦੇ ਬੱਚਿਆਂ ਦੇ ਫਿਊਚਰ ਨੂੰ, ਜੋ ਵੀ ਅਸੀਂ ਆਪਦਾ ਬਣਦਾ ਯੋਗਦਾਨ ਪਾ ਸਕਦੇ ਹੋ ਅਤੇ ਸਾਨੂੰ ਤੁਸੀਂ ਕਾਬਿਲ ਸਮਝ ਕੇ ਸਾਨੂੰ ਅਲਾਓ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਉਜਵਲ ਭਵਿੱਖ ਦੇ ਵਿੱਚ ਆਪਦਾ ਬਣਦਾ ਯੋਗਦਾਨ ਪਾ ਸਕੀਏ। ਬਸ ਮੈਂ ਇਹੀ ਦੱਸਣ ਦੇ ਲਈ ਲਾਈਵ ਹੋਇਆ ਸੀ ਕਿ ਕਮਿੰਗ ਮੰਗਲਵਾਰ ਦਿਨ ਤਰੀਕ 12 ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਰਨਾਲਾ ਆਫਿਸ। ਸੋ ਮਿਲਦੇ ਹਾਂ ਜੀ, ਪਲੀਜ਼ ਆਪਦੇ ਅਕੈਡਮਿਕ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ। ਬਿਲਕੁਲ ਰਾਜਨ ਜੀ, ਵੈਰੀਫਾਈ ਹੋ ਸਕਦਾ ਜੀ, ਕਿਉਂ ਨਹੀਂ ਵੈਰੀਫਾਈ ਹੋ ਸਕਦਾ ਵੀ ਕੈਨੇਡਾ ਦਾ ਪਾਸਪੋਰਟ ਦੇ ਉੱਤੋਂ ਬਿਲਕੁਲ 100% ਵੈਰੀਫਾਈ ਹੋ ਸਕਦਾ, ਪਰ ਅੱਜ ਕੱਲ੍ਹ ਜਿਹੜੇ ਸਟਿੱਕਰਸ ਨੇ ਜਾਂ ਵੀਜ਼ਾਸ ਜਿਹੜੇ ਕਹਿੰਦੇ ਹੁੰਦੇ ਆ ਡੁਪਲੀਕੇਟ ਵੀਜ਼ਾਸ, ਉਹ ਇੰਨੇ ਸੌਖੇ ਨਹੀਂ ਗੇ ਲਗਾਉਣੇ। ਸੋ ਵੈਰੀਫਾਈ ਹੋ ਜਾਂਦਾ, ਜੇ ਤੁਸੀਂ ਵੈਰੀਫਾਈ ਕਰਨਾ ਵੀ ਹੋਇਆ ਤਾਂ ਤੁਸੀਂ ਆਫਿਸ ਵਿਜ਼ਿਟ ਕਰ ਲਿਓ, ਅਸੀਂ ਤੁਹਾਨੂੰ ਦੱਸ ਦਿਆਂਗੇ ਉਹ ਵੈਰੀਫਾਈ ਹੋ ਸਕਦਾ ਆ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਾਂ ਜੀ। ਬਾਕੀ ਜੋ ਵੀ ਤੁਹਾਡੀਆਂ ਕੁਐਰੀਜ਼ ਹੋਣੀਆਂ ਇਨਬੋਕਸ ਕਰ ਸਕਦੇ ਹੋ, ਕਾਲ 'ਤੇ ਫੋਨ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਬਾਕੀ 12 ਤਰੀਕ ਦਿਨ ਮੰਗਲਵਾਰ ਨੂੰ ਬਰਨਾਲਾ ਮਿਲ ਰਿਹਾ ਜੀ ਤੁਹਾਨੂੰ। ਧੰਨਵਾਦ ਜੀ।